ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਅਮਨਜੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਅੱਜ ਜਿਹੜੀ ਆਪਾਂ ਵੀਡੀਓ ਬਣਾਵਾਂਗੇ ਇਹਦੇ ਵਿੱਚ ਆਪਾਂ ਹਰੀ ਮੂੰਗੀ ਦੀ ਦਾਲ ਦੀਆਂ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਤੇ ਇਹ ਪਿੰਨੀਆਂ ਜਿਹੜੀਆਂ ਆ ਖਾਣ ਦੇ ਵਿੱਚ ਬਹੁਤ ਜ਼ਿਆਦਾ ਸਵਾਦ ਬਣਦੀਆਂ ਨੇ ਤੇ ਇਹਨੂੰ ਬਣਾਉਣ ਲਈ ਜਿਹੜੀਆਂ ਚੀਜ਼ਾਂ ਆਪਾਂ ਲਈਆਂ ਆ ਇਹਨਾਂ ਨੂੰ ਆਪਾਂ ਇੱਕ ਵਾਰੀ ਦੇਖ ਲੈਂਦੇ ਹਾਂ। ਵੀਡੀਓ ਨੂੰ ਲਾਈਕ ਕਰਿਓ, ਵੀਡੀਓ ਨੂੰ ਸ਼ੇਅਰ ਕਰਿਓ, ਚੈਨਲ ਤੇ ਜੇ ਪਹਿਲੀ ਵਾਰੀ ਆ ਕੇ ਵੀਡੀਓ ਦੇਖਦੇ ਪਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਦੇਖੋ ਜਿਹੜੀ ਆਪਾਂ ਹਰੀ ਮੂੰਗੀ ਲਈ ਹੈ ਇਹਨੂੰ ਆਪਾਂ ਧੋ ਕੇ ਤੇ ਇਹਨੂੰ ਸੁਕਾ ਲਿਆ ਆ ਤੇ ਹੁਣ ਆਪਾਂ ਇਹਨੂੰ ਮਿਕਸੀ ਦੇ ਵਿੱਚ ਪਾ ਕੇ ਪੀਸ ਲੈਣਾ ਆ ਤੇ ਇਹਨੂੰ ਜਿਹੜਾ ਪੀਸਣਾ ਆ ਬਿਲਕੁਲ ਇਹਦਾ ਜਿੱਦਾਂ ਪਾਊਡਰ ਨਹੀਂ ਬਣਾਉਣਾ, ਇਹਨੂੰ ਥੋੜ੍ਹਾ ਜਿਹਾ ਆਪਾਂ ਜਿਹੜਾ ਦਰਦਰਾ ਜਿਹਾ ਰੱਖਾਂਗੇ ਤੇ ਮਤਲਬ ਜੋ ਖਾਣ ਦੇ ਵਿੱਚ ਫਿਰ ਇਹਦਾ ਜਿਹੜਾ ਸਵਾਦ ਆ ਉਹ ਵਧੀਆ ਆਉਂਦਾ ਆ। ਪਾਈ ਆ ਮੂੰਗੀ ਦੀ ਦਾਲ ਲਈ ਆ, ਪਾਈ ਆ ਆਪਾਂ ਦੇਸੀ ਘਿਓ ਲਿਆ ਆ, ਪਾਈ ਆ ਇਹਦੇ ਵਿੱਚ ਆਪਾਂ ਸ਼ੱਕਰ ਪਾਉਣੀ ਆ, ਸ਼ੱਕਰ ਦੀ ਜਗ੍ਹਾ ਦੇ ਉੱਤੇ ਤੁਸੀਂ ਜਿਹੜੀ ਆ ਚੀਨੀ ਵੀ ਪਾ ਸਕਦੇ ਹੋ। ਚੀਨੀ ਜਿਹੜੀ ਆ ਜਿੱਦਾਂ ਤੁਸੀਂ ਬੂਰਾ ਆਉਂਦਾ ਆ ਬੂਰਾ ਖੰਡ ਆਉਂਦੀ ਆ ਉਹ ਤੁਸੀਂ ਪਾਉਣਾ ਆ ਤੇ ਪੀਸੀ ਹੋਈ ਜਿਹੜੀ ਚੀਨੀ ਆ ਉਹ ਨਹੀਂ ਪਾਉਣੀ ਹੈਗੀ ਤੇ ਬਦਾਮ ਤੇ ਆਪਾਂ ਇਹਦੇ ਵਿੱਚ ਜਿਹੜੇ ਆ ਇਹ ਅਖਰੋਟ ਲਏ ਆ। ਦੇਖੋ ਇਹ ਜਿਹੜੀਆਂ ਦੋ ਚੀਜ਼ਾਂ ਆਪਾਂ ਪਾਈਆਂ ਆ ਇਹ ਤੁਸੀਂ ਇਹ ਜਿਹੜੀਆਂ ਦੋਨੇ ਚੀਜ਼ਾਂ ਆ ਜਿੱਦਾਂ ਇਹਦੇ ਵਿੱਚ ਮੈਂ ਪਾਈਆਂ ਆ ਇਹ ਤੁਸੀਂ ਆਪਣੇ ਹਿਸਾਬ ਨਾਲ ਵੀ ਪਾ ਸਕਦੇ ਹੋ ਜਾਂ ਜਿਹੜੀਆਂ ਵੀ ਤੁਹਾਡੇ ਕੋਲ ਘਰ ਦੇ ਵਿੱਚ ਹੋਣ ਤੁਸੀਂ ਉਹ ਲੈ ਲੈਣੀਆਂ ਆ। ਇਹਨਾਂ ਚੀਜ਼ਾਂ ਦੀ ਜਿਹੜੀ ਮਾਤਰਾ ਹੁੰਦੀ ਆ ਜਿੱਦਾਂ ਇਹ ਕੋਈ ਜ਼ਰੂਰੀ ਨਹੀਂ ਕਿ ਆਪਾਂ ਇਹਨੂੰ ਇੰਨੇ ਗ੍ਰਾਮ ਪਾਉਣਾ ਆ ਜਾਂ ਇੰਨੇ ਗ੍ਰਾਮ ਆਹ ਲੈਣਾ ਆ, ਇਹ ਜਿੰਨੀਆਂ ਵੀ ਤੁਸੀਂ ਪਾਣੀਆਂ ਚਾਹੋ ਪਾ ਸਕਦੇ ਹੋ। ਪਰ ਜਿੱਦਾਂ ਪਾਈਆ ਦਾਲ ਆ ਪਾਈਆ ਦਾਲ ਦੇ ਵਿੱਚ ਜਿੱਦਾਂ ਤੁਸੀਂ 50-50 ਗ੍ਰਾਮ ਪਾ ਲਓ ਤਾਂ ਬਹੁਤ ਆ ਤੇ ਜਿਹੜੀ ਆਹ ਆਪਾਂ ਇੱਕ ਜਿਹੜੀ ਗੂੰਦ ਲਈ ਆ ਗੂੰਦ ਜਿਹੜੀ ਆ ਪਾਈਆ ਦੇ ਵਿੱਚ 25 ਕੁ ਗ੍ਰਾਮ ਜਿਹੜੀ ਤੁਸੀਂ ਪਾਣੀ ਆ ਇਸ ਤੋਂ ਜ਼ਿਆਦਾ ਨਹੀਂ ਪਾਣੀ ਤੇ ਜੈਫਲ ਲਿਆ ਆ। ਜੈਫਲ ਦੇਖੋ ਜਿਹੜਾ ਆ ਇਹਦੀ ਜਿਹੜੀ ਤਸੀਰ ਹੁੰਦੀ ਆ ਇਹ ਗਰਮ ਹੁੰਦੀ ਆ, ਇਹਨੂੰ ਆਪਾਂ ਇਹਦਾ 1/4 ਭਾਗ ਜਿਹੜਾ ਆ ਕੱਦੂਕਸ ਕਰਕੇ ਉਹ ਆਪਾਂ ਇਹਦੇ ਵਿੱਚ ਪਾਉਣਾ ਆ। ਹੁਣ ਆਪਾਂ ਕੀ ਕਰਨਾ ਜਿਹੜੀ ਸਾਡੀ ਦਾਲ ਆ ਇਹਨੂੰ ਆਪਾਂ ਮਿਕਸੀ ਦੇ ਵਿੱਚ ਪੀਸ ਕੇ ਤਿਆਰ ਕਰ ਲੈਣਾ ਆ। ਦਾਲ ਦੇਖੋ ਜੇ ਆਪਾਂ ਪੀਸ ਕੇ ਤਿਆਰ ਕਰ ਲਈ ਆ, ਬਿਲਕੁਲ ਆਪਾਂ ਇਹਨੂੰ ਇੱਦਾਂ ਬਰੀਕ ਨਹੀਂ ਪੀਸਿਆ, ਥੋੜ੍ਹਾ ਜਿਹਾ ਆਪਾਂ ਮੈਂ ਇਸ ਤਰੀਕੇ ਦੇ ਨਾਲ ਇਹਨੂੰ ਰੱਖਿਆ ਆ। ਬਾਕੀ ਜੇ ਤੁਸੀਂ ਬਿਲਕੁਲ ਬਰੀਕ ਪੀਸਣਾ ਚਾਹੋ ਤਾਂ ਬਰੀਕ ਵੀ ਪੀਸ ਸਕਦੇ ਹੋ। ਕੜਾਹੀ ਉੱਪਰ ਰੱਖ ਦਿੱਤੀ ਆ, ਕੜਾਹੀ ਦੇ ਵਿੱਚ ਆਪਾਂ ਪਹਿਲਾਂ ਥੋੜ੍ਹਾ ਘਿਓ ਪਾਉਣਾ ਆ ਕਿਉਂਕਿ ਆਪਾਂ ਜਿਹੜੀ ਸਾਡੀ ਗੂੰਦ ਆ ਆਪਾਂ ਉਹ ਤਲਣੀ ਆ। ਜਿਹੜੇ ਬਦਾਮ ਆ ਆਪਾਂ ਇਹ ਵੀ ਥੋੜ੍ਹੇ ਜਿਹੇ ਭੁੰਨ ਲੈਣੇ ਆ, ਅਖਰੋਟ ਜਿਹੜੇ ਆ ਉਹਨਾਂ ਨੂੰ ਭੁੰਨਣ ਦੀ ਲੋੜ ਨਹੀਂ ਹੈਗੀ, ਉਹਨਾਂ ਨੂੰ ਆਪਾਂ ਇੱਦਾਂ ਹੀ ਥੋੜ੍ਹਾ ਕੁੱਟ ਲੈਣਾ ਆ। ਬਾਕੀ ਦਾ ਜਿੰਨਾ ਘਿਓ ਆਪਾਂ ਸਾਰਾ ਵਿੱਚ ਪਾ ਲੈਣਾ ਹੈ। ਦਾਲ ਨੂੰ ਆਪਾਂ ਸੇਕ ਜਿਹੜਾ ਨਾ ਮੈਂ ਥੋੜ੍ਹਾ ਜਿਹਾ ਘੱਟ ਕਰਤਾ ਆ, ਇਹਨੂੰ ਮੀਡੀਅਮ ਜਿਹੀ ਅੱਗ ਦੇ ਉੱਤੇ ਆਪਾਂ ਇਹਨੂੰ ਹੌਲੀ ਹੌਲੀ ਪਕਾਉਣਾ ਆ। ਜਦੋਂ ਤੱਕ ਆਪਾਂ ਇੱਦਾਂ ਦਾਲ ਭੁੰਨਦੇ ਪਏ ਹਾਂ ਅਤੇ ਨਾਲੇ ਜਿਹੜੀ ਸਾਡੀ ਗੂੰਦ ਆ ਸਾਡੇ ਬਦਾਮ ਅਤੇ ਅਖਰੋਟ ਆ ਉਹਨਾਂ ਨੂੰ ਵੀ ਆਪਾਂ ਕੁੱਟ ਲੈਣਾ ਹੈ। ਨਾਲ ਦੀ ਨਾਲ ਆਪਾਂ ਦਾਲ ਵੀ ਜਿਹੜੀ ਇੱਦਾਂ ਹਿਲਾਉਂਦੇ ਰਹਿਣਾ ਹੈ। ਬਹੁਤ ਜ਼ਿਆਦਾ ਆਪਾਂ ਬਰੀਕ ਨਹੀਂ ਇਹਨਾਂ ਨੂੰ ਕਰਨਾ ਹੈਗਾ, ਬਸ ਥੋੜ੍ਹਾ ਜਿਹਾ ਆਪਾਂ ਮੋਟਾ ਮੋਟਾ ਰੱਖਾਂਗੇ।
देखो दाल जी साड़ी भुजनी शुरू हो गई है, जो ये भुजनी शुरू हो जाती है अद्धी भुजी जाती है इस तरीके दे नाले फुलन लग जाती है, तो इन्हें घ्यो छड़ना शुरू कर देना है। बस थोड़ा जहा आप इन होर भुनना है 2-3 मिनट लिए। देखो एक चीज इतने मैं तुम्हें होर दसनी कि जिदा मैं इन थोड़ा जहा दरदरा रखिया दाल न जिड़ी आप दरदरा दरदरी जो दाल रखीए तो फिर इनू भुनने लिए टाइम लगता है, वो जो घट सेक देते फिर इनू भुनना है क्योंकि दाल जी कच्ची नहीं रहनी चाहिए। बाकी जे तुम बिल्कुल बरीक इनू पीसना चाहते हो तो तुम बरीक भी पीस सकते हो। दाल देखो जी साड़ी लाल होने लग गई है, थोड़ा जहा आप इन हले होर लाल करना है इस तरीके ना भुनना है। दाल जी साड़ी भुन के तैयार आ, इनू आप थले तार लेना। कुटे हुए आप बदाम के जिहड़े अखरोट आ पा देने। गूंद भी पा देंगे। गूंद देखो अंदरों ता ही चंगी तरह पीसी जाती है जे गूंद चंगी तरह भुननी हो, गूंद में चंगी तरह भुनना है। जेड़ा आप जायफल लिया से वह भी आप कद्दूकस करके पा देना है। देखो इन्ना क हिस्सा आप पाया है, इस तो ज़्यादा नहीं पाना। चक्कर भी मिला देंगे। इनू आप हम थोड़ा जहा ठंडा करांगे ताकि हथा ज्यादा गर्म ना लगे, तो ठंडा करके आप जो पिनिया आ वो आप वट लेनिया आ। ठंडिया हो गई है इतनी आप बट बहुत ज्यादा मतलब इन ठंडा नहीं करना है। जिनी कि तुसी बनानी है पिनी मोटी ओ हिसाब ना तुसी इन बट लेना है। मूंगी की दाल दियाँ पिनिया जड़ियाँ बन के तैयार ने। जिदा आप पिनिया बटिया से तुम बिना पिनिया बटे भी इनू रख सकते हो, जिदा इनू जिदा आप पंजीरी खाने उस तरीके दे नाल भी इनू खा सकते हो, जो पिनिया बटनिया चाहो तो पिनिया बट सकते हो, इस तरीके दे नाल इनू बनायो। वीडियो पसंद आई वीडियो नू लाइक करो शेयर करो वीडियो नू फैमिली और फ्रेंड्स के नाल। चैनल पर जो पहली बार आके वीडियो देखते पे हो तो चैनल नू सबसक्राइब जरूर करो, चैनल नाल जुड़ो चैनल नू सपोर्ट करो। वीडियो देखने लई बहुत बहुत धन्यवाद, ते कमेंट करके जरूर दस्यो कि वीडियो तुहानू किवें दी लगी। सत श्री अकाल।